ਬਹੁਤ ਸਾਰੇ ਕਿਸਾਨ ਵੀਰਾਂ ਦੇ ਇਸ ਤਰ੍ਹਾਂ ਦੇ ਫੋਨ ਆ ਰਹੇ ਆ ਕਿ 8 ਕਿਲੋ ਝੋਨੇ ਦਾ ਵੀ ਜ਼ਿਆਦਾ ਲੱਗਦਾ ਬਾਈ ਬੂਟੇ ਨਾਲ ਬੂਟਾ ਖੜਾ ਇੰਨਾ ਸੰਗਣਾ ਏ ਕਿ ਫਟਾਰਾ ਕਿੱਥੋਂ ਕਰੂ ਇਹ ਤਾਂ ਸਾਰਾ ਉਲੀ ਰੋਗ ਬਣ ਜਾਣਾ ਫੋਕ ਬਣ ਜਾਣੀ ਆ ਇਹਦਾ ਦੱਸੋ ਕੀ ਕਰੀਏ ਕੀ ਝੋਨੇ ਦਾ ਵੀ ਘਟਾ ਲਈਏ ਤਾਂ ਇਹ ਜਿਹੜੇ ਟਾਡੇ ਸਵਾਲ ਐ ਇਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ YouTube ਚੈਨਲ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤੇ ਨਵੇਂ ਆ ਤਾਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਦੋਸਤੋ 8 ਕਿਲੋ ਜਿਹੜਾ ਬੀਜ ਹੈ ਬਿਲਕੁਲ ਸਹੀ ਹੈ ਜਿਹੜਾ ਕਿ ਪਿਛਲੇ ਕਈ ਸਾਲਾਂ ਦੇ ਤਜਰਬੇ ਦੇ ਵਿੱਚੋਂ ਨਿਕਲ ਕੇ ਆਇਆ ਹੋਇਆ ਬੀਜ ਹੈ ਕਿ 8 ਕਿਲੋ ਪ੍ਰਤੀ ਕਿਲਾ ਵਰਤਨਾ ਹੈ ਹਾਂ ਤੁਹਾਡੇ ਜਿਹੜੇ ਸਵਾਲ ਹੈ ਉਹਦਾ ਜਵਾਬ ਮੈਂ ਜਰੂਰ ਦਿੰਨਾ ਇਹਦੇ ਵਿੱਚ ਸਭ ਤੋਂ ਪਹਿਲਾਂ ਖੇਤ ਦੇਖੋ ਇਹ ਸਾਡੇ ਇੱਕ ਬਹੁਤ ਹੀ ਸੂਝਵਾਨ ਕਿਸਾਨ ਦਾ ਖੇਤ ਹੈ ਜਿਹੜੇ ਕਿ ਕੁਦੂ ਵਾਲਾ ਪਿੰਡ ਦੇ ਰਹਿਣ ਵਾਲੇ ਹੈ ਇਹਨਾਂ ਵੀਰਾਂ ਨੇ ਪਿਛਲੇ ਸਾਲ ਚਾਰ ਤੋਂ ਪੰਜ ਵਾਰੀ ਮੇਰਾ ਖੇਤ ਆ ਕੇ ਦੇਖਿਆ ਤੇ ਸਾਰਾ ਪ੍ਰਕਿਰਿਆ ਦੇਖੀ ਬੀਜਾਂ ਤੋਂ ਲੈ ਕੇ ਵੱਢਣ ਤੱਕ ਦੀ ਤੇ ਉਸ ਤੋਂ ਸੰਤੁਸ਼ਟ ਹੋ ਕੇ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਸਿੱਧੀ ਬਿਜਾਈ ਕੀਤੀ ਹੈ ਪਰੰਤੂ ਇਹਨਾਂ ਦਾ ਝੋਨਾ ਕਰੰਡ ਹੋ ਗਿਆ ਹੁਣ ਦੇਖੋ ਪਹਿਲੀ ਗਲਤੀ ਇਹ ਹੈਗੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੌਸਮ ਦਾ ਜਿਹੜਾ ਉੱਪਰ-ਨੀਚੇ ਹੋਇਆ ਹੈ ਉਹਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਝੋਨੇ ਇਹ ਨੱਪੇ ਗਏ ਐ ਝੋਨੇ ڪرੰਡ ਹੋਏ ਐ ਤਾਂ ਕਿਸੇ ਨੇ ڪرੰਡ ਪੰਨੀ ਐ ਕਿਸੇ ਨੇ ਜਿਹੜਾ ਹੈਗਾ ਪਾਣੀ ਲਾਇਆ ਐ ਤਾਂ ਕਿਸੇ ਨੇ ਵਾਕੇ ਵੀ ਵਿਜਿਆ ਤਾਂ ਇਹ ਸਾਰੇ ਚੀਜ਼ਾਂ ਦੇ ਵਿੱਚ 8 ਕਿਲੋ ਜਿਹੜਾ ਬੀਜ ਹੈ ਉਹ ਵੀ ਕਿਸਾਨ ਨੂੰ ਘੱਟ ਲੱਗ ਰਿਹਾ ਹੈ ਪਰੰਤੂ ਜੇਕਰ ਕਿਸੇ ਕਿਸਾਨ ਵੀਰ ਦਾ ਝੋਨਾ ਬਿਨਾਂ ਕਿਸੇ ਦਿੱਕਤ ਦੇ ਬਾਹਰ ਨਿਕਲ ਆਇਆ ਤਾਂ ਉਸ ਨੂੰ 8 ਕਿਲੋ ਵੀ ਜ਼ਿਆਦਾ ਲੱਗ ਰਿਹਾ ਹੈ ਅਗਲੀ ਗੱਲ ਸਮਝਣ ਦੇ ਲਈ ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਝੋਨੇ ਦੀ ਪਨੀਰੀ ਬੀਜਦੇ ਹੋ ਤਾਂ ਤੁਸੀਂ ਆਪਣੇ ਆਈਡੀਏ ਤੋਂ ਵੱਧ ਪਨੀਰੀ ਬੀਜਦੇ ਹੋ ਕਿ ਇੰਨੇ ਮਰਦਿਆਂ ਨਾਲ ਮੇਰਾ ਕੰਮ ਚੱਲ ਜਾਊਗਾ ਮੈਂ ਇਸ ਤੋਂ ਵੱਧ ਬੀਜਦਾ ਪਰੰਤੂ ਆਖਰ ਤੇ ਹੁੰਦਾ ਕੀ ਹੈ ਹਰ ਸਾਲ ਬਹੁਤੇ ਕਿਸਾਨਾਂ ਦੀ ਪਨੀਰੀ ਦੀ ਟੋਟ ਆ ਜਾਂਦੀ ਹੈ ਕਿਉਂ ਆ ਜਾਂਦੀ ਹੈ ਕਿਉਂਕਿ ਬੂਟੇ ਉਗਦੇ ਹੀ ਨਹੀਂ ਤਾਂ 8 ਕਿਲੋ ਬੀਜ ਜਿਹੜਾ ਹੈਗਾ ਪੂਰਾ ਖੇਤ ਦੇ ਵਿੱਚ ਉੱਗਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਕਦੇ ڪرੰਡ ਹੋ ਗਿਆ ਕਦੇ ਲੋਭ ਆ ਗਈ ਕਦੇ ਸਿਉਂਖ ਆ ਗਈ ਕਦੇ ਚੂਹਾ ਖਾ ਗਿਆ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਆਪਾਂ ਮੰਨ ਕੇ ਚੱਲਦੇ ਹਾਂ ਕਿ ਜੇਕਰ 8 ਦਾ 8 ਕਿਲੋ ਬੀਜ ਉਗ ਆਵੇ ਤਾਂ ਫੇਰ ਕੀ ਹੋਏਗਾ ਕੱਦੂ ਦੇ ਨਾਲ ਬਿਜਾਈ ਤੇ ਤਰਵਤਰ ਖੇਤ ਦੇ ਵਿੱਚ ਬਿਜਾਈ ਦੋਵੇਂ ਝੋਨਾ ਬੀਜਣ ਦੇ ਅੱਡ-ਅੱਡ ਢੰਗ ਹੈ ਦੋਵਾਂ ਦੇ ਅੱਡ-ਅੱਡ ਸਿਧਾਂਤ ਹੈ ਮੁੱਖ ਤੌਰ ਤੇ ਕੱਦੂ ਵਾਲਾ ਜਿਹੜਾ ਤਰੀਕਾ ਹੈਗਾ ਉਹਦਾ ਸਿਧਾਂਤ ਇਹ ਹੈਗਾ ਕਿ ਹਵਾ ਜ਼ਮੀਨ ਦੇ ਵਿੱਚੋਂ ਹਵਾ ਕੱਢ ਦਿਓ ਤੇ ਆਕਸੀਜਨ ਰਹਿਤ ਝੋਨੇ ਦੀ ਖੇਤੀ ਹੈ ਜਦੋਂ ਕਿ ਇਹ ਜਿਹੜੀ ਖੇਤੀ ਹੈ ਇਹ ਆਕਸੀਜਨ ਯੁਕਤ ਝੋਨੇ ਦੀ ਖੇਤੀ ਹੈ ਵੱਡਾ ਫਰਕ ਇਹਨਾਂ ਦੋਵਾਂ ਤਰੀਕਿਆਂ ਦੇ ਵਿੱਚ ਇਹ ਹੈ ਦੂਸਰੀ ਗੱਲ ਜਿਹੜਾ ਹੈਗਾ ਕੱਦੂ ਵਾਲਾ ਜਿਹੜਾ ਝੋਨਾ ਹੁੰਦਾ ਉਹ ਕਦੇ ਵੀ ਲਾਈਨਾਂ ਦੇ ਵਿੱਚ ਨਹੀਂ ਲੱਗਿਆ ਹੁੰਦਾ ਜਿੱਥੇ ਝੋਨਾ ਸੰਘਣਾ ਹੋ ਜਾਂਦਾ ਉਹ ਕੰਧ ਬਣ ਕੇ ਖੜ ਜਾਂਦਾ ਹੈ ਤੇ ਨਾ ਤਾਂ ਉਹਦੇ ਵਿੱਚ ਦੀ ਹਵਾ ਦੀ ਕ੍ਰੋਸਿੰਗ ਹੁੰਦੀ ਹੈ ਨਾਹੀਂ ਬੂਟਿਆਂ ਤੱਕ ਸੂਰਜ ਦੀ ਰੋਸ਼ਨੀ ਪਹੁੰਚਦੀ ਹੈ ਤਾਂ ਇਹੋ ਜੀ ਸਥਿਤੀ ਦੇ ਵਿੱਚ ਕੀ ਬਣਦਾ ਹੈ ਕਿ ਖੇਤ ਦੇ ਵਿੱਚ ਉੱਲੀ ਰੋਗ ਵੱਧਦਾ ਹੈ ਖੇਤ ਦੇ ਵਿੱਚ ਫੋਕ ਜਰਾ ਬਣਦੀ ਹੈ ਪਰੰਤੂ ਜਿਹੜੀ ਝੋਨੇ ਦੀ ਸਿੱਧੀ ਬਜਾਈ ਤਰਵੱਤਰ ਖੇਤ ਦੇ ਵਿੱਚ ਤੁਸੀਂ ਕਰ ਰਹੇ ਹੋ ਇਹ ਆਕਸੀਜਨ ਯੁਕਤ ਖੇਤੀ ਹੈ ਜਿਸ ਦੇ ਵਿੱਚ ਬੂਟੇ ਲਾਈਨਾਂ ਦੇ ਵਿੱਚ ਹਵਾ ਦਾ ਇੱਕ ਨਿੱਕਾ ਜਿਹਾ ਬੁੱਲਾ ਵੀ ਇੱਕ ਪਾਸਿਓਂ ਚੱਲਦਾ ਹੈ ਤਾਂ ਉਹ ਖੇਤ ਦੇ ਦੂਜੇ ਪਾਸੇ ਜਾ ਕੇ ਲਾਈਨਾਂ ਦੇ ਵਿਚਕਾਰ ਦੀ ਨਿਕਲਦਾ ਹੈ ਸੂਰਜ ਦੀ ਰੋਸ਼ਨੀ ਇੱਕ ਇੱਕ ਬੂਟੇ ਤੱਕ ਪਹੁੰਚਦੀ ਹੈ ਭਾਵੇਂ ਕਿ ਬੂਟੇ ਲਾਈਨ ਦੇ ਵਿੱਚ ਇੱਕ ਦੇ ਦੂਜੇ ਦੇ ਬਿਲਕੁਲ ਨੇੜੇ ਨੇੜੇ ਹੁੰਦੇ ਆ ਪਰੰਤੂ ਦੋ ਲਾਈਨਾਂ ਦੀ ਦੂਰੀ 9 ਇੰਚ ਦੀ ਹੁੰਦੀ ਹੈ ਜਦੋਂ ਤੁਸੀਂ ਸਪਰੇਅ ਕਰਨ ਦੀ ਤਰੋਂਗੇ ਨਾ ਤਾਂ ਤੁਸੀਂ ਵਿੱਚ ਭੱਜੇ ਫਿਰੋਗੇ ਤੇ ਦੂਸਰੇ ਦੇ ਵਿੱਚ ਪੈਰ ਰੱਖਣਾ ਔਖਾ ਹੁੰਦਾ ਹੈ ਮਤਲਬ ਕਿ ਖੇਤ ਦੇ ਵਿੱਚ ਹਵਾ ਦਾ ਸੰਚਾਰ ਚੰਗਾ ਹੁੰਦਾ ਹੈ ਜੇ ਤੁਸੀਂ ਪਲੇਲਿਸਟ 'ਤੇ ਜਾ ਕੇ ਮੇਰੀਆਂ ਪਿਛਲੇ 2 ਸਾਲ ਦੀਆਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਮੈਂ ਸਾਫ਼ ਤੇ ਸਪਸ਼ਟ ਕਹਿੰਦਾ ਹੋਇਆ ਸੁਣ ਜੂਗਾ ਕਿ ਇਨ੍ਹਾਂ ਖੇਤਾਂ ਦੇ ਵਿੱਚ ਮੈਂ ਕੋਈ ਉਲੀ ਵਾਲੀ ਦਵਾਈ ਨਹੀਂ ਸਪਰੇਅ ਕੀਤੀ ਕਿਉਂਕਿ ਇਨ੍ਹਾਂ ਖੇਤਾਂ ਦੇ ਵਿੱਚ ਨਾਸੰਗਣਾ ਹੋਣ ਦੇ ਬਾਵਜੂਦ ਵੀ ਉਲੀ ਰੋਗ ਨਾ ਮੱਤਰਾਇਆ ਪਿਛਲੇ ਸਾਲ ਜਿੰਨਾ ਕਿਸਾਨਾਂ ਨੇ ਮੇਰੇ ਖੇਤ ਵਿਜ਼ਿਟ ਕੀਤੇ ਸੀ ਉਹ ਕਮੈਂਟ ਕਰਕੇ ਕਿਸਾਨਾਂ ਨੂੰ ਦੱਸ ਸਕਦੇ ਆ ਕਿ ਖੇਤਾਂ ਦੇ ਵਿੱਚ ਉੱਲੀ ਰੋਗ ਨਾ ਮਾਤਰ ਸੀਗਾ ਰਹੀ ਗੱਲ ਬੂਟੇ ਦੇ ਫੋਟ ਕਰਨ ਦੀ ਵੀ ਫੋਟ ਕਰਾਉਣੀ ਕਾਤੋਂ ਐ ਸਾਨੂੰ ਤਾਂ 1 ਸਕੁਅਰ ਫੁੱਟ ਏਰੀਆ ਦੇ ਵਿੱਚ ਮੁੰਜਰਾਂ ਦੀ ਗਿਣਤੀ ਪੂਰੀ ਚਾਹੀਦੀ ਹੈ ਨਾ ਚਾਹੇ ਤਾਂ 1 ਬੂਟਾ 30 ਮੁੰਜਰਾਂ ਬਣਾ ਲਵੇ ਤੇ ਚਾਏ 19 ਜਗਾ ਤੇ 6 ਬੁੱਟੇ 5-5 ਸ਼ਾਖਾ ਬਣਾ ਕੇ 30 ਮੁੰਜਰਾ ਬਣਾ ਲੈਣ ਗਲਤ ਹੈ 21 ਹੈ ਆ ਜਿਹੜੇ 2-4 ਬੰਦੇ ਜੇ ਲੈਕਚਰ ਜੇ ਦੇਈ ਜਾਂਦੇ ਆ ਨਾ ਕਿ ਇਹ ਤੇ ਨਾਲ ਉਲੀ ਪੈ ਜੂਗੀ ਇਹਦੇ ਨਾਲ ਜਿਹੜਾ ਹੈਗਾ ਦਵਾਈਆਂ ਯੂਨੀਵਰਸਿਟੀ ਦੀ ਚਾਲ ਇਹ ਬੰਦਿਆਂ ਨੂੰ ਇੱਕ ਚੀਜ਼ ਇਹਨਾਂ ਨੂੰ ਮਤਲਬ ਕਿ ਡੱਕਾ ਵੀ ਨਹੀਂ ਪਤਾ ਯਾਰ ਮੈਂ ਕੀ ਕਹਾਂ ਕਿ ਝੋਨਾ ਜਿਹੜਾ ਹੁੰਦਾ ਨਾ ਝੋਨੇ ਦੀਆਂ ਜਿਹੜੀਆਂ ਸ਼ਾਖਾ ਹੁੰਦੀਆਂ ਹਰ ਇੱਕ ਸ਼ਾਖਾ ਦਾ ਆਪਣਾ ਅਲੱਗ ਰੂਟ ਸਿਸਟਮ ਹੁੰਦਾ ਹੈ ਨੋਟ ਕਰੋ ਇਹ ਚੀਜ਼ ਕਿ ਝੋਨੇ ਦੀਆਂ ਜਿੰਨੀਆਂ ਸ਼ਾਖਾ ਹੁੰਦੀਆਂ ਹਰ ਇੱਕ ਸ਼ਾਖਾ ਦੀਆਂ ਆਪਣੀਆਂ ਅੱਡ ਜੜਾ ਹੁੰਦੀਆਂ ਹੁਣ ਜੜਾ ਅੱਡ ਹੋਣ ਦਾ ਮਤਲਬ ਕੀ ਹੋਇਆ ਜੜਾ ਅੱਡ ਹੋਣ ਦਾ ਮਤਲਬ ਇਹ ਹੋਇਆ ਕਿ ਝੋਨੇ ਦੀਆਂ ਜੇ 30 ਸ਼ਾਖਾ ਹੈ ਤਾਂ ਉਹਨੂੰ ਤੁਸੀਂ ਝੋਨੇ ਦਾ ਇੱਕ ਬੂਟਾ ਨਹੀਂ ਮੰਨ ਸਕਦੇ 30 ਬੂਟੇ ਮੰਨੋਗੇ ਕਿਉਂਕਿ ਹਰ ਇੱਕ ਦੀ ਜਿਹੜੀ ਜੜ ਹੈ ਜੜ ਦਾ ਜਿਹੜਾ ਸਵਰੂਪ ਹੈ ਉਹ ਅਲੱਗ-ਅਲੱਗ ਹੈ ਤਾਂ ਹੁਣ ਇਸ ਚੀਜ਼ ਨੂੰ ਤੁਸੀਂ ਜੋੜ ਕੇ ਚੱਲੋ ਇਧਰਲੇ ਪਾਸੇ ਸਿੱਧੀ ਬਜਾਈ ਦੇ ਵਿੱਚ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਝੋਨਾ ਜੇ ਰ ਵਿੱਚ ਸੰਘਣਾ ਵੀ ਹੈ ਤਾਂ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੈਗੀ ਕਿਉਂਕਿ ਝੋਨੇ ਦਾ ਇੱਕ ਬੂਟਾ ਇੱਕ ਹੁੰਦੇ ਹੋਏ ਵੀ ਅਲੱਗ-ਅਲੱਗ ਜੜਾਂ ਦਾ ਉਪਯੋਗ ਕਰਦਾ ਆਪਣੇ ਖੁਰਾਕ ਆਸਤੇ ਤਾਂ ਜੇਕਰ ਪੰਜ ਬੂਟੇ ਅਲੱਗ-ਅਲੱਗ ਹੋ ਕੇ ਵੀ ਇਕੱਠੇ ਹੋ ਜਾਣਗੇ ਤਾਂ ਵੀ ਉਹੀ ਗੱਲ ਹੈ ਕਹਿਣ ਦਾ ਮਤਲਬ ਕਿ ਇਸ ਦੇ ਵਿੱਚ ਤੁਹਾਨੂੰ ਝੋਨਾ ਵਿਰਲਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਝੋਨਾ ਜਿਹੜਾ 8 ਕਿਲੋ ਬੀਜ ਹੈ ਬਹੁਤ ਸਾਰੀ ਰਿਸਰਚ ਤੋਂ ਬਾਅਦ ਦੇ ਵਿੱਚ ਇਹ ਮਾਤਰਾ ਨਿਕਲ ਕੇ ਆਈਏ ਕਿ 8 ਕਿਲੋ ਬੀਕ ਲੇਦਾ ਠੀਕ ਹੈ ਕਿਉਂਕਿ ਜੇ ਇਹਦੇ ਵਿੱਚੋਂ ਕਰੰਟ ਹੋ ਜਾਂਦਾ ਜੇ ਲੋ ਨਾਲ ਮਰ ਜਾਂਦਾ ਜੇ ਹੋਰ ਚੀਜ਼ਾਂ ਹੋ ਜਾਂਦੀਆਂ ਤਾਂ ਜਿੰਨੇ ਕ ਬੂਟੇ ਮਰਦੇ ਆ ਝੋਨਾ ਉਹਨਾਂ ਕੋ ਬੂਟਾ ਵੱਧ ਬਣਾ ਕੇ ਖੇਤ ਦੇ ਵਿੱਚ ਕਵਰ ਕਰ ਲੈਂਦਾ ਜੇ ਸਾਰੇ ਦੇ ਸਾਰੇ ਬੂਟੇ ਉੱਗ ਆਉਂਦੇ ਆ ਤਾਂ ਫੇਰ ਵੀ ਕੋਈ ਦਿੱਕਤ ਨਹੀਂ ਹੁੰਦੀ ਇਸ ਤੋਂ ਅਗਲੀ ਗੱਲ ਤਾਂ ਫਿਰ ਰੋਲਾ ਕਿਹੜੀ ਗੱਲ ਦਾ ਹੈ ਤੇ ਰੋਲਾ ਸਮਝਣਾ ਤਾਂ ਰੋਲਾ ਇੱਕੋ ਹੀ ਗੱਲ ਦਾ ਹੈਗਾ ਕਿ ਅੱਗੇ ਜਿਹੜਾ ਕਿਸਾਨ ਹੈਗਾ ਉਹ ਝੋਨਾ ਲਾ ਕੇ ਸ਼ਹਿਰ ਨੂੰ ਭੱਜ ਜਾਂਦਾ ਹੈ ਕਿ ਯਾਰ ਬੂਟਾ ਬਣਾ ਲਈਏ ਬੂਟਾ ਬਣਾਉਣ ਵਾਸਤੇ ਐਂ ਕਰ ਕਲੋਰੋ ਪਾਲਾ ਹੁਣ ਤੋਂ ਇਹਦੇ ਵਿੱਚ 123 ਪਾਲਾ ਹੁਣ ਤੋਂ ਇਹ ਵਿੱਚ ਪਾਲਾ ਹੁਣ ਤੋਂ ਵਿੱਚ ਫਲਾਨੀ ਚੀਜ਼ ਪਾਲਾ ਮਤਲਬ ਕਿ ਇਹ ਚੀਜ਼ਾਂ ਪਵਾ ਪਵਾ ਕੇ ਜਿਹੜਾ ਹੈਗਾ ਪੈਸਾ ਜੱਟ ਦੀ ਜੇਬ ਚੋਂ ਬਾਹਰ ਕੱਢਿਆ ਜਾਂਦਾ ਸੀ ਆ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਉਲਟਾ ਸੋਚੀ ਜਾਂਦਾ ਕਿ ਯਾਰ ਬੂਟਾ ਵੱਡਾ ਹੋਜੂ ਹਵਾ ਨਹੀਂ ਪੈਣੀ ਮਤਲਬ ਕਿ ਉਹ ਉਦਦੇ ਸੀਗੇ ਜਿਹੜਾ ਆਪਣੇ ਇਹ ক্লোਰੋ ਪੈਂਦੀ ਸੀ ਜਿਹੜੀ ਮੋਨੋ ਦੀ ਸਪਰੇ ਹੁੰਦੀ ਸੀ ਜਿਹੜੀ 12 36 ਪੈਂਦੀ ਸੀ ਜਿਹੜੀ ਦਾਣੇਦਾਰ ਪੈਂਦੀ ਸੀ ਕਿ ਆਪਾਂ ਬੂਟਾ ਮਾਰਨਾ ਉਹ ਤਾਂ ਜੱਟ ਨੇ ਪਾਉਣੀ ਨਹੀਂ ਤਾਂ ਉਹ ਹੀ ਦਰਦ ਹੋ ਰਿਹਾ ਹੈ ਉਸੇ ਕਰਕੇ ਹੀ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਕਿ ਕਿਵੇਂ ਨਾ ਕਿਵੇਂ ਪਹਿਲਾਂ ਇਹਦਾ ਝੋਨਾ ਵਿਰਲਾ ਕਰਾਓ ਵਿਰਲਾ ਕਰਾ ਕੇ ਮੁੜ ਕੇ ਇਹਦੇ ਤੋਂ ਇਹਦਾ ਜਿਹੜਾ ਹੈਗਾ ਚੰਗੀ ਤਰ੍ਹਾਂ ਸ਼ੈੱਲ ਲਾਓ ਕਿ ਹੁਣ ਤੇਰਾ ਬੂਟਾ ਬਣਾਉਣੇ ਆ ਤੇ ਨਾਲੇ ਇਹਦਾ ਬੂਟਾ ਬਣ ਜਾਊਗਾ ਨਾਲੇ ਇਹਦੀ ਸ਼ੈੱਲ ਉੱਤੋਂ ਉੱਤੋਂ ਮੋਟੀ-ਮੋਟੀ ਸਾਰੀ ਲੈ ਜਾਊਗੀ ਇਹਦੇ ਕਰਕੇ ਵੀਰੋ ਯੂਨੀਵਰਸਿਟੀ ਤੇ ਸ਼ੱਕ ਨਾ ਕਰਿਆ ਕਰੋ ਕੁਝ ਬੰਦੇ ਮਾੜੇ ਜ਼ਰੂਰ ਹੋ ਸਕਦੇ ਆ ਸੰਸਤਾ ਮਾੜੀ ਨਹੀਂ ਹੁੰਦੀ ਤੇ ਜਿਹੜੀ ਤੁਹਾਨੂੰ 8 ਕਿਲੋਗ੍ਰam ਬੀਜ ਦੀ ਸਿਫਾਰਿਸ਼ ਕੀਤੀ ਹੈ ਉਹ ਬਿਲਕੁਲ ਸਹੀ ਹੈ ਜੇ ਤੁਹਾਨੂੰ ਫੇਰ ਵੀ ਜ਼ਿਆਦਾ ਲੱਗਦੀ ਹੈ ਬਠਿੰਡੇ ਦੇ ਨੇੜਲੇ ਪਿੰਡਾਂ ਜਾ ਕੇ ਪੁੱਛ ਲਓ ਕਿ ਝੋਨੇਆਂ ਦਾ ਕੀ ਹਾਲ ਹੋਇਆ ਕਿਸਾਨਾਂ ਦੀ ਇਹ ਦਿੱਕਤ ਹੈ ਕਿ ਬੂਟੇ ਕਿਵੇਂ ਪੂਰੇ ਹੋਣਗੇ ਇਸ ਕਰਕੇ 8 ਕਿਲੋ ਵੀ ਕੋਈ ਸੰਗਣਾ ਨਹੀਂ ਹੈਗਾ ਬੇਫਿਕਰ ਰਹੋ ਧੰਨਵਾਦ ਦੋਸਤੋ